ਓਏ ਸ਼ਰਮਾ ਜੀ, ਇਹ ਬੇਫਿਕਰ ਦੀ ਉਮਰ ਦੇ ਵਿੱਚ ਇਹ ਗੋਡਿਆਂ ਦਾ ਦਰਦ ਲਈ ਕਿਉਂ ਬੈਠੇ ਹੋ? ਹਾਂ, ਹਰ ਕਿਸੇ ਦੀ ਕਿਸਮਤ ਤੁਹਾਡੇ ਵਰਗੀ ਨਹੀਂ ਹੁੰਦੀ ਅਨੂਪ ਜੀ, ਜਿਨ੍ਹਾਂ ਦੇ ਗੋਡੇ ਵੀ ਠੀਕ ਤੇ ਦਿਲ ਵੀ ਮਸਤ। ਅੱਛਾ ਬਈ, ਮੈਂ ਤੁਹਾਡੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦਾ, ਪਰ ਤੁਹਾਡੇ ਗੋਡਿਆਂ ਦਾ ਦਰਦ ਦੂਰ ਕਰ ਸਕਦਾ। ਇਹ ਹੈ ਔਰਥੋ ਬਾਮ, ਇਹਨੂੰ ਲਾਓ ਅਤੇ ਸਾਰੇ ਦਰਦਾਂ ਤੋਂ ਆਰਾਮ ਪਾਓ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ, ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ, ਡੀ ਮਾਰਕ ਔਰਥੋ ਬਾਮ। ਬਰਗਦ ਵਾਲੀ ਕੋਠੀ ਭਾਗ 2। ਇਸ ਅਣਜਾਣ ਕੁੜੀ ਦੀ ਗੱਲ ਸੁਣਦੇ ਹੀ ਅਵੰਤਿਕਾ ਨੂੰ ਜਿਵੇਂ ਚੱਕਰ ਆਉਣ ਲੱਗਦੇ ਨੇ। ਉਹ ਘਬਰਾ ਕੇ ਆਪਣੇ ਪਿਤਾ ਵੱਲ ਦੇਖਦੀ ਹੈ, ਜਿਸ ਦੇ ਮੱਥੇ 'ਤੇ ਪਸੀਨਾ ਹੀ ਪਸੀਨਾ ਸੀ। ਪਾਪਾ, ਆਖਿਰ ਇਹ ਸਭ ਚੱਲ ਕੀ ਰਿਹਾ ਹੈ? ਕੀ ਤੁਸੀਂ ਮੇਰੇ ਤੋਂ ਕੁਝ ਲੁਕਾ ਰਹੇ ਹੋ? ਇੰਨੀਆਂ ਸਾਰੀਆਂ ਉਲਝਣਾਂ 'ਚ ਫਸੀ ਅਵੰਤਿਕਾ ਦੀ ਆਵਾਜ਼ ਅਚਾਨਕ ਭਾਰੀ ਹੋਣ ਲੱਗਦੀ ਹੈ ਅਤੇ ਅੱਖਾਂ 'ਚ ਖੂਨ ਭਰਨ ਲੱਗਦਾ ਹੈ। ਅਵੰਤਿਕਾ 'ਚ ਅਜੀਬ ਜਿਹਾ ਬਦਲਾਵ ਦੇਖ ਕੇ ਪੌਲ ਦਾ ਮੂੰਹ ਚਿੱਟਾ ਪੈ ਜਾਂਦਾ ਹੈ। ਉਹ ਅੱਗੇ ਦਾ ਕੁਛ ਵੀ ਸਮਝ ਪਾਉਂਦਾ। ਉਸ ਤੋਂ ਪਹਿਲਾਂ ਹੀ ਉਹ ਦੂਜੀ ਕੁੜੀ ਅਵੰਤਿਕਾ ਦੇ ਮੋਢੇ 'ਤੇ ਆਪਣਾ ਹੱਥ ਰੱਖਦੀ ਹੈ ਅਤੇ ਅਵੰਤਿਕਾ ਅਗਲੇ ਹੀ ਪਲ ਸ਼ਾਂਤ ਹੋ ਜਾਂਦੀ ਹੈ। ਓਏ, ਤੂੰ ਇੰਨਾ ਗੁੱਸਾ ਕਿਉਂ ਹੋ ਰਹੀ ਹੈ? ਇੱਥੇ ਦੀ ਹਾਲਤ ਦੇਖ ਕੇ ਤੈਨੂੰ ਲੱਗਦਾ ਹੈ ਕਿ ਇਸ ਖੰਡਰ 'ਚ ਕੋਈ ਇੱਕ ਪਲ ਵੀ ਰੁਕ ਸਕਦਾ ਹੈ? ਫਿਰ ਤੂੰ ਇੱਥੇ ਕੀ ਕਰ ਰਹੀ ਹੈ? ਉਹ ਕੁੜੀ ਪੌਲ ਨੂੰ ਇੱਕ ਮੁਸਕਾਨ ਦੇ ਕੇ ਪਿੱਛੇ ਮੁੜ ਕੇ ਚੱਲਣ ਲੱਗਦੀ ਹੈ। ਵੈਸੇ ਮੇਰਾ ਨਾਮ ਮੀਨੂ ਹੈ ਅਤੇ ਮੇਰੇ ਪਿਤਾ ਜੀ ਇਸ ਕੋਠੀ ਦੇ ਚੌਂਕੀਦਾਰ ਨੇ। ਅੱਜ ਉਹ ਆ ਨਹੀਂ ਪਾਏ ਤਾਂ ਮੈਂ ਹੀ ਆ ਗਈ। ਕਮਾਲ ਹੈ, ਲੋਕ ਤਾਂ ਕਹਿੰਦੇ ਨੇ ਇਹ ਜੰਗਲ ਭੂਤੀਆ ਹੈ, ਫਿਰ ਤੂੰ ਇਕੱਲੇ ਇੱਥੇ, ਤੈਨੂੰ ਡਰ ਨਹੀਂ ਲੱਗਦਾ ਕੀ? ਜੰਗਲ ਦੀਆਂ ਆਪਣੀਆਂ ਆਪਣੀਆਂ ਆਵਾਜ਼ਾਂ ਹੁੰਦੀਆਂ ਨੇ, ਜਿਸ ਨਾਲ ਅਕਸਰ ਇੱਥੇ ਦੇ ਲੋਕ ਡਰ ਜਾਂਦੇ ਨੇ। ਮੈਂ ਤਾਂ ਇੱਥੇ ਬਚਪਨ ਤੋਂ ਹੀ ਆ ਰਹੀ ਹਾਂ, ਮੈਨੂੰ ਤਾਂ ਅੱਜ ਤੱਕ ਇਹਨਾਂ ਚਮਕਾਦੜਾਂ ਤੋਂ ਸਿਵਾ ਕੋਈ ਨਹੀਂ ਦਿਖਿਆ। ਹਾਂ, ਜੰਗਲ 'ਚੋਂ ਕਦੇ ਕਦੇ ਅਜੀਬ ਜਿਹੀਆਂ ਚੀਕਣ ਦੀ ਆਵਾਜ਼ਾਂ ਆਉਂਦੀਆਂ ਨੇ, ਹੋ ਸਕਦਾ ਹੈ ਕੋਈ ਭੁੱਖਾ ਜਾਨਵਰ ਹੋਵੇ। ਜੇ ਇੱਥੇ ਇਹੋ ਜਿਹਾ ਕੁਝ ਨਹੀਂ, ਫਿਰ ਪਿੰਡ ਵਾਲੇ ਇੱਥੇ ਆਉਣ ਤੋਂ ਡਰਦੇ ਕਿਉਂ ਨੇ? ਇੱਥੇ ਦੇ ਸਾਰੇ ਪਿੰਡ ਵਾਲੇ ਅਨਪੜ੍ਹ ਨੇ, ਜਿਹਨੇ ਜੋ ਕਹਿ ਦਿੱਤਾ ਉਹਨੂੰ ਹੀ ਸੱਚ ਮੰਨ ਲੈਂਦੇ ਨੇ। ਪਰ ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਂ ਕਿਹਾ ਨਾ ਕਿ ਇਹ ਘਰ ਮੇਰੀ ਨਾਨੀ ਦਾ ਹੈ ਅਤੇ ਕੁਝ ਦਿਨ ਪਹਿਲਾਂ ਮੇਰੀ ਮਾਂ ਉਹਨਾਂ ਨੂੰ ਮਿਲਣ ਆਈ ਸੀ। ਮੈਨੂੰ ਉਹਨਾਂ ਦੀ ਕਾਲ ਆਈ ਸੀ ਕਿ ਮੇਰੀ ਮਾਂ ਦਾ ਐਕਸੀਡੈਂਟ ਹੋ ਗਿਆ ਹੈ। ਹਾਂ, ਮੈਂ ਵੀ ਸੁਣਿਆ ਸੀ ਕਿ ਕੁਝ ਹਫ਼ਤੇ ਪਹਿਲਾਂ ਇੱਕ ਔਰਤ ਲੰਡਨ ਤੋਂ ਆਈ ਸੀ। ਉਹਨੇ ਕਾਫ਼ੀ ਟੈਕਸੀ ਵਾਲਿਆਂ ਨੂੰ ਇੱਥੇ ਆਉਣ ਦੇ ਲਈ ਕਿਹਾ, ਪਰ ਸਾਰਿਆਂ ਨੇ ਉਹਨੂੰ ਮਨਾ ਕਰ ਦਿੱਤਾ। ਉਹ ਜ਼ਰੂਰ ਜਾਨਵੀ ਹੀ ਹੋਊਗੀ, ਫਿਰ ਉਹ ਕਿੱਥੇ ਗਈ? ਪਤਾ ਨਹੀਂ, ਕੁਝ ਲੋਕ ਕਹਿੰਦੇ ਨੇ ਕਿ ਉਹ ਇਕੱਲੀ ਹੀ ਜੰਗਲ ਵੱਲ ਨਿਕਲ ਗਈ ਸੀ, ਪਰ ਉਹ ਵਾਪਸ ਇੱਥੇ ਨਹੀਂ ਆਈ। ਇਸਦਾ ਕੀ ਮਤਲਬ ਹੋਇਆ? ਜੇ ਜਾਨਵੀ ਇੱਥੇ ਨਹੀਂ ਆਈ ਤਾਂ ਸਾਨੂੰ ਕਾਲ ਕਿਹਨੇ ਕੀਤੀ?
ਅਤੇ ਉਹ ਗਈ ਤਾਂ ਗਈ ਕਿੱਥੇ? ਇੰਨੇ ਸਾਰੇ ਅਧੂਰੇ ਸਵਾਲਾਂ ਦੇ ਜਾਲ 'ਚ ਅਵੰਤਿਕਾ ਇਸ ਤਰ੍ਹਾਂ ਫਸ ਜਾਂਦੀ ਹੈ ਕਿ ਉਹਨੂੰ ਕੁਛ ਵੀ ਸਮਝ ਨਹੀਂ ਆਉਂਦਾ। ਅਵੰਤਿਕਾ ਇੱਧਰ ਉੱਧਰ ਦੇਖਣ ਲੱਗਦੀ ਹੈ। ਅਵੰਤਿਕਾ ਨੂੰ ਕੋਠੀ ਦੀਆਂ ਕੰਧਾਂ ਅਜੀਬ ਜਿਹੀਆਂ ਮਹਿਸੂਸ ਹੁੰਦੀਆਂ ਨੇ। ਸਾਰੀਆਂ ਕੰਧਾਂ 'ਤੇ ਬਰਗਦ ਦੀਆਂ ਜੜ੍ਹਾਂ ਦਾ ਜਾਲ ਜਿਹਾ ਫੈਲਿਆ ਹੋਇਆ ਸੀ। ਪਾਪਾ, ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ। ਮੈਨੂੰ ਮਾਂ ਦੀ ਬਹੁਤ ਫਿਕਰ ਹੋ ਰਹੀ ਹੈ। ਮੈਂ ਉਹਨਾਂ ਨੂੰ ਲੱਭਣ ਜਾ ਰਹੀ ਹਾਂ। ਅਵੰਤਿਕਾ ਜਿਵੇਂ ਹੀ ਕੋਠੀ 'ਚੋਂ ਬਾਹਰ ਜਾਣ ਲੱਗਦੀ ਹੈ ਉਦੋਂ ਹੀ ਮੀਨੂ ਉਹਨੂੰ ਰੋਕ ਲੈਂਦੀ ਹੈ। ਇਸ ਵਕਤ ਜੇ ਤੂੰ ਉਹਨਾਂ ਨੂੰ ਜੰਗਲ 'ਚ ਲੱਭਣ ਜਾਏਂਗੀ ਤੇ ਕਿਤੇ ਤੂੰ ਵੀ ਨਾ ਗੁੰਮ ਜਾਈਂ। ਸਵੇਰ ਤੱਕ ਇੰਤਜ਼ਾਰ ਕਰ, ਮੇਰੇ ਪਾਪਾ ਵੀ ਆ ਜਾਣਗੇ। ਉਹਨਾਂ ਨੂੰ ਇੱਥੇ ਦੇ ਬਾਰੇ ਸਭ ਪਤਾ ਹੈ। ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਮੈਨੂੰ ਹੁਣੇ ਜਾਣਾ ਪਊਗਾ। ਜੇ ਉਹਨਾਂ ਨੂੰ ਕੁਝ ਹੋਣਾ ਹੋਊਗਾ ਤਾਂ ਕਦੋਂ ਦਾ ਹੋ ਚੁੱਕਿਆ ਹੋਊਗਾ। ਇਸ ਵਕਤ ਜੇ ਤੂੰ ਜਾਏਂਗੀ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੂੰ ਵੀ ਵਾਪਸ ਸਹੀ ਸਲਾਮਤ ਆ ਜਾਏਂਗੀ। ਮੈਨੂੰ ਸਹੀ ਕਹਿ ਰਹੀ ਹੈ। ਆਪਾਂ ਹੁਣ ਕੋਈ ਹੋਰ ਰਿਸਕ ਨਹੀਂ ਲੈ ਸਕਦੇ। ਅਵੰਤਿਕਾ, ਤੁਸੀਂ ਦੋਵੇਂ ਮੇਰੇ ਨਾਲ ਆਓ, ਮੈਂ ਤੁਹਾਨੂੰ ਆਪਣੀ ਨਾਨੀ ਦਾ ਘਰ ਦਿਖਾਉਂਦੀ ਹਾਂ। ਉਹ ਤਿੰਨੇ ਇੱਕ ਪੁਰਾਣੇ ਜਿਹੇ ਕਮਰੇ ਵਿੱਚ ਨੇ ਜਿੱਥੇ ਇੱਕ ਬਿਸਤਰਾ ਅਤੇ ਕੰਬਲ ਪਿਆ ਹੈ। ਮੀਨੂ ਉੱਥੇ ਟੇਬਲ 'ਤੇ ਪਈ ਲਾਲਟੈਨ ਨੂੰ ਜਲਾਉਂਦੀ ਹੈ ਅਤੇ ਅਗਲੇ ਹੀ ਪਲ ਕਮਰੇ ਵਿੱਚ ਰੋਸ਼ਨੀ ਹੋ ਜਾਂਦੀ ਹੈ। ਇਸ ਕਮਰੇ 'ਚ ਮੇਰੇ ਪਾਪਾ ਸੌਂਦੇ ਨੇ। ਅੱਜ ਦੀ ਰਾਤ ਤੁਸੀਂ ਇੱਥੇ ਰੁਕੋ, ਕੱਲ੍ਹ ਸਵੇਰੇ ਤੁਸੀਂ ਆਪਣੀ ਖੋਜ ਸ਼ੁਰੂ ਕਰ ਸਕਦੇ ਹੋ। ਮੀਨੂ, ਇੱਥੇ ਇੰਨੀ ਗੰਦੀ ਬਦਬੂ ਕਿਵੇਂ? ਜਿਵੇਂ ਕਿ ਕੋਈ ਮਾਸ ਸੜ ਗਿਆ ਹੋਵੇ। ਉਹ ਸਾਹਿਬ, ਇੰਨੇ ਸਾਲਾਂ ਤੋਂ ਇਹ ਕੋਠੀ ਬੰਦ ਪਈ ਸੀ ਅਤੇ ਇਹ ਬਰਗਦ ਦੀ ਜੜ੍ਹਾਂ ਕਰਕੇ ਇੱਥੇ ਕਾਫ਼ੀ ਇਸਲਨ ਵੀ ਆ ਗਈ ਹੈ। ਵੈਸੇ ਹੁਣ ਤੁਸੀਂ ਇੱਥੇ ਆ ਹੀ ਗਏ ਹੋ ਤਾਂ ਸਭ ਕੁਝ ਸਾਫ਼ ਹੋ ਜਾਊਗਾ। ਇੰਨਾ ਬੋਲ ਕੇ ਮੀਨੂ ਉੱਥੋਂ ਚਲੀ ਜਾਂਦੀ ਹੈ। ਪੌਲ ਜਿਵੇਂ ਹੀ ਬਿਸਤਰੇ 'ਤੇ ਪੈਂਦਾ ਹੈ ਉਹਨੂੰ ਨੀਂਦ ਦੇ ਚੱਕਰ ਆਉਣ ਲੱਗਦੇ ਨੇ ਅਤੇ ਉਹ ਅਗਲੇ ਹੀ ਮਿੰਟ ਸੋ ਜਾਂਦਾ ਹੈ। ਓਏ, ਪਾਪਾ ਤਾਂ ਸੋ ਵੀ ਗਏ। ਆਖਿਰ ਇੰਨੀ ਅਜੀਬ ਜਗ੍ਹਾ 'ਤੇ ਕੌਣ ਸੋ ਸਕਦਾ ਹੈ? ਪਤਾ ਨਹੀਂ ਮਾਂ ਕਿੱਥੇ ਹੋਊਗੀ। ਇੱਥੇ ਨਾ ਕੋਈ ਗੱਡੀ ਹੈ ਅਤੇ ਨਾ ਹੀ ਨੈੱਟਵਰਕ। ਹੁਣ ਮੈਂ ਕਰਾਂ ਤਾਂ ਕਰਾਂ ਕੀ? ਆਪਣੇ ਬਿਸਤਰੇ 'ਤੇ ਪਈ ਅਵੰਤਿਕਾ ਪਾਸੇ 'ਤੇ ਪਾਸੇ ਲੈ ਰਹੀ ਸੀ ਪਰ ਨੀਂਦ ਜਿਵੇਂ ਉਸ ਤੋਂ ਬਹੁਤ ਦੂਰ ਸੀ। ਉਦੋਂ ਹੀ ਕੋਠੀ ਦੀਆਂ ਕੰਧਾਂ 'ਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗਦੀਆਂ ਨੇ ਜਿਵੇਂ ਕੰਧ ਦੇ ਪਿੱਛਿਓਂ ਕੁਛ ਰੇਂਗਦਾ ਹੋਇਆ ਜਾ ਰਿਹਾ ਹੋਵੇ। ਅਵੰਤਿਕਾ ਕਿਸੇ ਹੋਰ ਹੈਰਾਨੀ ਲਈ ਤਿਆਰ ਨਹੀਂ ਸੀ। ਉਦੋਂ ਹੀ ਅਵੰਤਿਕਾ ਨੂੰ ਉਹਨੂੰ ਬੁਲਾਉਣ ਦੀ ਆਵਾਜ਼ ਆਉਂਦੀ ਹੈ। ਅਵੰਤਿਕਾ ਆਵਾਜ਼ ਸੁਣਦੇ ਹੀ ਝਟਕੇ ਨਾਲ ਖੜੀ ਹੋ ਜਾਂਦੀ ਹੈ। ਉਦੋਂ ਹੀ ਉਹਨੂੰ ਅਹਿਸਾਸ ਹੁੰਦਾ ਹੈ ਕਿ ਸਾਹਮਣੇ ਦਰਵਾਜ਼ੇ 'ਤੇ ਕੋਈ ਔਰਤ ਖੜੀ ਹੈ ਜੋ ਲਾਲ ਅੱਖਾਂ ਨਾਲ ਅਵੰਤਿਕਾ ਨੂੰ ਘੂਰ ਰਹੀ ਹੈ। ਉਹਦੇ ਪੈਰਾਂ ਦੀ ਜਗ੍ਹਾ ਬਰਗਦ ਦੀਆਂ ਜੜ੍ਹਾਂ ਨਿਕਲਦੀਆਂ ਦੇਖ ਅਵੰਤਿਕਾ ਦੀਆਂ ਧੜਕਣਾਂ ਜਿਵੇਂ ਰੁਕ ਜਾਂਦੀਆਂ ਨੇ। ਅਵੰਤਿਕਾ ਕੁਛ ਵੀ ਸਮਝ ਪਾਉਂਦੀ ਉਸ ਤੋਂ ਪਹਿਲਾਂ ਉਹ ਔਰਤ ਉੱਥੋਂ ਗਾਇਬ ਹੋ ਜਾਂਦੀ ਹੈ। ਕੌਣ ਹੈ? ਮੈਨੂੰ ਤੂੰ ਹੈ ਕੀ? ਹੁਣ ਹੋਰ ਕੋਈ ਰਾਜ ਨਹੀਂ, ਮੈਂ ਖੁਦ ਹੀ ਜਾ ਕੇ ਪਤਾ ਕਰਦੀ ਹਾਂ ਕਿ ਇੱਥੇ ਚੱਲ ਕੀ ਰਿਹਾ ਹੈ। ਅਵੰਤਿਕਾ ਆਪਣੇ ਪਿਤਾ ਨੂੰ ਉੱਥੇ ਹੀ ਸੌਂਦਾ ਛੱਡ ਕੇ ਜਲਦਬਾਜ਼ੀ 'ਚ ਲਾਲਟੈਨ ਚੱਕ ਕੇ ਉਸੇ ਸਮੇਂ ਉਸ ਸਾਏ ਦੇ ਪਿੱਛੇ ਚਲੀ ਜਾਂਦੀ ਹੈ। ਓਏ ਸ਼ਰਮਾ ਜੀ, ਇਹ ਬੇਫਿਕਰ ਦੀ ਉਮਰ ਦੇ ਵਿੱਚ ਇਹ ਗੋਡਿਆਂ ਦਾ ਦਰਦ ਲਈ ਕਿਉਂ ਬੈਠੇ ਹੋ? ਹਾਂ, ਹਰ ਕਿਸੇ ਦੀ ਕਿਸਮਤ ਤੁਹਾਡੇ ਵਰਗੀ ਨਹੀਂ ਹੁੰਦੀ ਅਨੂਪ ਜੀ, ਜਿਨ੍ਹਾਂ ਦੇ ਗੋਡੇ ਵੀ ਠੀਕ ਤੇ ਦਿਲ ਵੀ ਮਸਤ। ਅੱਛਾ ਬਈ, ਮੈਂ ਤੁਹਾਡੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦਾ ਪਰ ਤੁਹਾਡੇ ਗੋਡਿਆਂ ਦਾ ਦਰਦ ਦੂਰ ਕਰ ਸਕਦਾ। ਇਹ ਹੈ ਔਰਥੋ ਬਾਮ, ਇਹਨੂੰ ਲਾਓ ਅਤੇ ਸਾਰੇ ਦਰਦਾਂ ਤੋਂ ਆਰਾਮ ਪਾਓ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ ਡੀ ਮਾਰਕ ਔਰਥੋ ਬਾਮ। ਕੌਣ ਹੈ? ਮੈਨੂੰ ਤੂੰ ਹੈ ਕੀ?
ਘਬਰਾਉਂਦੀ ਹੋਈ ਅਵੰਤਿਕਾ ਹੌਲੀ ਹੌਲੀ ਅੱਗੇ ਵੱਧਦੀ ਹੈ। ਅਵੰਤਿਕਾ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਸੁੱਕੀਆਂ ਹੋਈਆਂ ਬੇਲਾਂ ਹੌਲੀ ਹੌਲੀ ਉਹਦੇ ਵੱਲ ਵੱਧ ਰਹੀਆਂ ਨੇ। ਉਦੋਂ ਹੀ ਅਵੰਤਿਕਾ ਇੱਕ ਕਮਰੇ ਦੇ ਅੱਗੇ ਰੁਕ ਜਾਂਦੀ ਹੈ। ਕਿਹਦਾ ਕਮਰਾ ਹੈ? ਅਵੰਤਿਕਾ ਹੈਰਾਨੀ 'ਚ ਜਿਵੇਂ ਉੱਥੇ ਜੰਮ ਜਾਂਦੀ ਹੈ। ਉਦੋਂ ਹੀ ਉਸ ਕਮਰੇ ਦਾ ਦਰਵਾਜ਼ਾ ਆਪੇ ਹੀ ਖੁੱਲ੍ਹ ਜਾਂਦਾ ਹੈ ਅਤੇ ਅਵੰਤਿਕਾ ਨੂੰ ਆਪਣੀ ਨਾਨੀ ਦੀ ਆਵਾਜ਼ ਅੰਦਰੋਂ ਬੁਲਾਉਂਦੀ ਹੈ। ਅਵੰਤਿਕਾ, ਇਹ ਤਾਂ ਉਹੀ ਆਵਾਜ਼ ਹੈ। ਅਵੰਤਿਕਾ ਜਿਵੇਂ ਆਪਣੇ ਆਪ ਨੂੰ ਖੋ ਬੈਠੀ ਸੀ, ਉਹ ਆਪੇ ਹੀ ਕਮਰੇ ਵਿੱਚ ਚਲੀ ਜਾਂਦੀ ਹੈ। ਕਮਰੇ ਦੇ ਅੰਦਰ ਦਾ ਮਾਹੌਲ ਅਵੰਤਿਕਾ ਦੇ ਉਮੀਦ ਤੋਂ ਬਿਲਕੁਲ ਅਲੱਗ ਸੀ। ਕੁਝ ਹੀ ਸੈਕਿੰਡ ਵਿੱਚ ਕਮਰੇ ਦਾ ਤਾਪਮਾਨ ਗਿਰ ਜਾਂਦਾ ਹੈ ਅਤੇ ਧੁੰਦ ਵਧਣ ਲੱਗਦੀ ਹੈ। ਇੱਥੇ ਇਕਦਮ ਇੰਨੀ ਠੰਡ ਕਿਉਂ ਹੋ ਗਈ? ਹਾਂ, ਇੱਥੇ ਹੋ ਕੀ ਰਿਹਾ ਹੈ? ਇਸ ਜਗ੍ਹਾ 'ਚ ਤਾਂ ਕੁਛ ਨਾ ਕੁਛ ਗੜਬੜ ਹੈ। ਅਵੰਤਿਕਾ ਲਾਲਟੈਨ ਦੀ ਅੱਗ ਵਧਾਉਂਦੀ ਹੈ ਅਤੇ ਕਮਰੇ 'ਚ ਹਲਕੀ ਹਲਕੀ ਰੋਸ਼ਨੀ ਹੁੰਦੀ ਹੈ। ਆਪਣੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹ ਜਿਵੇਂ ਡਰ ਮਾਰੇ ਜੰਮ ਜਾਂਦੀ ਹੈ। ਕੰਧ 'ਤੇ ਬਰਗਦ ਦੀਆਂ ਜੜ੍ਹਾਂ ਦਾ ਜਾਲ ਸੀ ਜੋ ਕਿਸੇ ਸੱਪ ਵਾਂਗੂ ਹਿੱਲ ਰਹੀਆਂ ਸੀ। ਇਸ ਤੋਂ ਪਹਿਲਾਂ ਅਵੰਤਿਕਾ ਇਸ ਚੀਜ਼ ਨੂੰ ਸਮਝ ਪਾਉਂਦੀ, ਉਹਨੂੰ ਉਹਦੀਆਂ ਜੜ੍ਹਾਂ ਵਿੱਚ ਫਸੀ ਆਪਣੀ ਮਾਂ ਜਾਨਵੀ ਦਿਖਦੀ ਹੈ ਜੋ ਇਹਨਾਂ ਜੜ੍ਹਾਂ ਦੇ ਵਿੱਚ ਗਾਇਬ ਹੋ ਰਹੀ ਸੀ। ਆਪਣੀ ਮਾਂ ਨੂੰ ਇਸ ਹਾਲਤ 'ਚ ਦੇਖ ਕੇ ਉਹ ਜ਼ੋਰ ਦੀ ਚੀਕਦੀ ਹੈ। ਆਪਣੀ ਮਾਂ ਨੂੰ ਜਿੰਦਾ ਦੇਖ ਅਵੰਤਿਕਾ ਹੜਬੜਾ ਜਾਂਦੀ ਹੈ ਅਤੇ ਆਪਣੇ ਪਿਤਾ ਨੂੰ ਬੁਲਾਉਣ ਦੇ ਲਈ ਉਹ ਜਿਵੇਂ ਹੀ ਮੁੜਦੀ ਹੈ, ਉੱਥੇ ਉਹਨੂੰ ਮੀਨੂ ਇੱਕ ਜਿਉਂਦੀ ਲਾਸ਼ ਵਾਂਗੂ ਘੂਰ ਰਹੀ ਹੁੰਦੀ ਹੈ। ਕੰਧ 'ਤੇ ਬਰਕਤ ਦੀਆਂ ਜੜ੍ਹਾਂ ਚਾਰੇ ਪਾਸਿਓਂ ਅਵੰਤਿਕਾ ਵੱਲ ਵਧਣ ਲੱਗਦੀਆਂ ਨੇ। ਇਹ ਦੇਖ ਜਿਵੇਂ ਅਵੰਤਿਕਾ ਦੀਆਂ ਧੜਕਣਾਂ ਰੁਕ ਜਾਂਦੀਆਂ ਨੇ। ਆਖਰਕਾਰ ਮੇਰੀ ਬੱਚੀ ਆ ਹੀ ਗਈ ਤੂੰ। ਕੌਣ ਹੈ ਤੂੰ ਅਤੇ ਮੇਰੀ ਮਾਂ ਦੇ ਨਾਲ ਇਹ ਸਭ ਕੀ ਹੋ ਰਿਹਾ ਹੈ? ਹਾਂ, ਤੂੰ ਮੈਨੂੰ ਪਹਿਚਾਨਿਆ ਨਹੀਂ ਮੇਰੀ ਬੱਚੀ। ਮੈਂ ਤੇਰੀ ਨਾਨੀ ਹਾਂ। ਇਹ ਸੁਣਦੇ ਹੀ ਅਵੰਤਿਕਾ ਦਾ ਮੂੰਹ ਜਿਵੇਂ ਚਿੱਟਾ ਪੈ ਜਾਂਦਾ ਹੈ ਅਤੇ ਅਗਲੇ ਹੀ ਪਲ ਮੀਨੂ ਆਪਣੇ ਅਸਲੀ ਰੂਪ ਦੇ ਵਿੱਚ ਆ ਜਾਂਦੀ ਹੈ। ਇੱਕ ਪਤਲੀ ਜਿਹੀ ਬੁੜੀ ਔਰਤ ਜਿਸ ਦੇ ਬਾਲਾਂ ਅਤੇ ਸਾੜੀ 'ਚੋਂ ਬਰਗਦ ਦੀਆਂ ਜੜ੍ਹਾਂ ਨਿਕਲ ਰਹੀਆਂ ਸੀ। ਉਹਦੀਆਂ ਲਾਲ ਅੱਖਾਂ 'ਚ ਦੇਖਦੇ ਹੀ ਅਵੰਤਿਕਾ ਡਰ ਮਾਰੇ ਕੰਬਣ ਲੱਗਦੀ ਹੈ ਅਤੇ ਉਦੋਂ ਹੀ ਨਾਨੀ, ਤੂੰ ਮੇਰੀ ਕੋਈ ਨਾਨੀ ਨਹੀਂ ਹੈ, ਤੂੰ ਤਾਂ ਕੋਈ ਤੇਰੀ ਮਾਂ ਨੇ ਤੈਨੂੰ ਮੇਰੇ ਤੋਂ ਦੂਰ ਰੱਖ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਦੇਖ, ਅੱਜ ਤੂੰ ਆਪਣੀ ਨਾਨੀ ਅਤੇ ਇਸ ਵਿਰਾਸਤ ਨੂੰ ਵੀ ਨਹੀਂ ਪਹਿਚਾਣ ਰਹੀ। ਵਿਰਾਸਤ? ਇਹ ਬਰਗਦ ਦਾ ਜੰਗਲ, ਇਹ ਸਭ ਤੇਰੀ ਵਿਰਾਸਤ ਆ। ਤੇਰੀ ਮਾਂ ਨੇ ਮੈਨੂੰ ਧੋਖਾ ਦਿੱਤਾ ਅਤੇ ਕਿਸੇ ਫਿਰੰਗੀ ਦੇ ਨਾਲ ਭੱਜ ਗਈ। ਕਹਿੰਦੀ ਸੀ ਕਿ ਇਹ ਜੰਗਲ ਉਹਨੂੰ ਪਸੰਦ ਨਹੀਂ ਸੀ। ਅਵੰਤਿਕਾ ਦੀ ਨਾਨੀ ਉਹਨੂੰ ਦੱਸਦੀ ਹੈ ਕਿ ਇਸ ਜੰਗਲ ਦੇ ਫਲਨ ਫੁਲਨ ਦੇ ਲਈ ਇੱਥੇ ਦੇ ਬਰਗਦ ਦੇ ਦਰਖਤ ਪਿੰਡ ਵਾਲਿਆਂ ਨੂੰ ਆਪਣੀ ਖੁਰਾਕ ਬਣਾਉਂਦੇ ਸੀ।
ਅਵੰਤਿਕਾ ਇਹ ਜਾਣ ਕੇ ਹੈਰਾਨ ਰਹਿ ਜਾਂਦੀ ਹੈ ਕਿ ਉਹਦੀ ਮਾਂ ਪਿੰਡ ਦੇ ਬੰਦਿਆਂ ਨੂੰ ਫਸਾ ਕੇ ਇਸ ਜੰਗਲ 'ਚ ਲੈ ਆਉਂਦੀ ਸੀ ਅਤੇ ਇੱਥੇ ਦੇ ਬਰਗਦ ਦੇ ਦਰੱਖਤ ਉਹਨਾਂ ਨੂੰ ਆਪਣੀ ਖੁਰਾਕ ਬਣਾ ਲੈਂਦੇ ਸੀ, ਜਿਸ ਕਰਕੇ ਉਹਦੀ ਨਾਨੀ ਅਤੇ ਇਸ ਜੰਗਲ ਨੂੰ ਤਾਕਤ ਮਿਲਦੀ ਸੀ। ਸੱਚ ਕਹਿ ਰਹੀ ਸੀ? ਹਾਂ, ਸੱਚ ਹੈ ਕਿ ਤੇਰੀ ਮਾਂ ਨੇ ਮੈਨੂੰ ਧੋਖਾ ਦਿੱਤਾ ਅਤੇ ਉਹ ਅੱਧੇ ਛੱਡ ਕੇ ਭੱਜ ਗਈ। ਅਵੰਤਿਕਾ, ਤੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਕਿ ਤੇਰੀ ਨਾਨੀ ਕਦੋਂ ਦੀ ਭੁੱਖੀ ਹੈ, ਪਰ ਹੁਣ ਨਹੀਂ, ਤੇਰੀ ਮਾਂ ਦਾ ਅਧੂਰਾ ਕੰਮ ਹੁਣ ਤੂੰ ਪੂਰਾ ਕਰੇਂਗੀ। ਆਪਣੀ ਬੁੱਢੀ ਨਾਨੀ ਨੂੰ ਖਾਣਾ ਖਵਾਏਂਗੀ ਨਾ? ਬੋਲ। ਇਹ ਸੁਣ ਕੇ ਅਵੰਤਿਕਾ ਆਪਣਾ ਹੋਸ਼ ਖੋ ਬੈਠੀ ਸੀ। ਅਵੰਤਿਕਾ ਹੁਣ ਇਹ ਸਮਝ ਚੁੱਕੀ ਸੀ ਕਿ ਫੋਨ ਕਾਲ ਤੋਂ ਲੈ ਕੇ ਕਾਲੇ ਡਰਾਈਵਰ ਦਾ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਸਭ ਇਸ ਬਰਗਦ ਵਾਲੀ ਡੈਨ ਦਾ ਹੀ ਕੰਮ ਹੈ। ਇਹਨੂੰ ਐਵੇਂ ਹਰਾਉਣਾ ਔਖਾ ਹੋਊਗਾ, ਮੈਨੂੰ ਕਿਸੇ ਤਰ੍ਹਾਂ ਇਹਨੂੰ ਆਪਣੀ ਗੱਲਾਂ 'ਚ ਫਸਾਉਣਾ ਹੋਊਗਾ। ਅਵੰਤਿਕਾ ਨੂੰ ਕੁਛ ਸੁੱਝ ਨਹੀਂ ਰਿਹਾ ਸੀ, ਉਦੋਂ ਹੀ ਅਵੰਤਿਕਾ ਦੀ ਨਜ਼ਰ ਉਹਦੀ ਨਾਨੀ ਦੇ ਲੱਕ 'ਤੇ ਬੰਨੀ ਇੱਕ ਪੋਟਲੀ 'ਤੇ ਪੈਂਦੀ ਹੈ ਜਿਹਨੂੰ ਬਾਰ ਬਾਰ ਬਰਗਦ ਦੀਆਂ ਜੜ੍ਹਾਂ ਫੜਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਹਨੂੰ ਦੇਖ ਕੇ ਤਾਂ ਲੱਗਦਾ ਹੈ ਇਹ ਜ਼ਰੂਰ ਬੀਜਾਂ ਦੀ ਪੋਟਲੀ ਹੋਊਗੀ। ਜੇ ਇੱਕ ਵਾਰ ਇਹ ਮੇਰੇ ਹੱਥ ਲੱਗ ਗਈ ਤਾਂ ਮੈਂ ਇਹਨੂੰ ਖਤਮ ਕਰ ਸਕਦੀ ਹਾਂ। ਅਵੰਤਿਕਾ ਉਹਨੂੰ ਆਪਣੀਆਂ ਗੱਲਾਂ 'ਚ ਫਸਾ ਲੈਂਦੀ ਹੈ ਅਤੇ ਮੌਕਾ ਦੇਖ ਕੇ ਉਹ ਬੀਜਾਂ ਵਾਲੀ ਪੋਟਲੀ ਨੂੰ ਖੋਹ ਲੈਂਦੀ ਹੈ। ਪੋਟਲੀ ਨੂੰ ਫੜਦੇ ਹੀ ਅਵੰਤਿਕਾ ਸਾਰੇ ਬੀਜਾਂ ਨੂੰ ਧਰਤੀ 'ਤੇ ਸੁੱਟ ਕੇ ਲਾਲਟੈਨ ਉਹਨਾਂ 'ਤੇ ਤੋੜ ਦਿੰਦੀ ਹੈ ਅਤੇ ਦੇਖਦੇ ਹੀ ਦੇਖਦੇ ਬਰਗਦ ਦੀਆਂ ਜੜ੍ਹਾਂ ਅਤੇ ਨਾਨੀ ਬੜੀ ਤੇਜ਼ੀ ਨਾਲ ਮੱਚਣ ਲੱਗਦੇ ਨੇ। ਤੂੰ ਕੀ ਕੀਤਾ? ਵਾਪਸ ਆਵਾਂਗੀ, ਮੈਂ ਫਿਰ ਵਾਪਸ ਆਵਾਂਗੀ। ਬੀਜਾਂ ਦੇ ਮੱਚਦੇ ਹੀ ਜਾਨਵੀ ਵੀ ਜੜ੍ਹਾਂ ਤੋਂ ਬਚ ਜਾਂਦੀ ਹੈ ਅਤੇ ਪੂਰੀ ਕੋਠੀ ਦੁਬਾਰਾ ਧਰਤੀ 'ਚ ਦਬਣ ਲੱਗਦੀ ਹੈ। ਉੱਤੇ ਹੀ ਪੌਲ ਆਪਣੇ ਕਮਰੇ 'ਚੋਂ ਭੱਜਦਾ ਹੋਇਆ ਆਉਂਦਾ ਹੈ ਅਤੇ ਅਵੰਤਿਕਾ ਆਪਣੀ ਮਾਂ ਅਤੇ ਪਾਪਾ ਨੂੰ ਲੈ ਕੇ ਉਸ ਕੋਠੀ 'ਚੋਂ ਬਾਹਰ ਭੱਜ ਜਾਂਦੀ ਹੈ। ਪੂਰੇ ਜੰਗਲ 'ਚੋਂ ਜਿਵੇਂ ਚੀਕਣ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਨੇ ਅਤੇ ਸਾਰੇ ਬਰਗਦ ਦੇ ਦਰੱਖਤ ਫਿਰ ਉਸ ਧਰਤੀ 'ਚ ਸਮਾ ਜਾਂਦੇ ਨੇ। ਮਾਂ, ਤੁਸੀਂ ਠੀਕ ਤਾਂ ਹੋ ਨਾ? ਮੇਰੀ ਬੱਚੀ, ਮੈਂ ਬਿਲਕੁਲ ਠੀਕ ਹਾਂ। ਜੇ ਤੂੰ ਨਾ ਹੁੰਦੀ ਤਾਂ ਸ਼ਾਇਦ ਮੈਂ ਕਦੀ ਵਾਪਸ ਹੀ ਨਾ ਪਾਉਂਦੀ। ਜਾਨਵੀ, ਮੈਨੂੰ ਮਾਫ ਕਰ ਦੇਈਂ, ਮੈਨੂੰ ਹਮੇਸ਼ਾ ਹੀ ਲੱਗਦਾ ਸੀ ਕਿ ਇਹ ਸਭ ਇੱਕ ਕਹਾਣੀ ਹੈ, ਪਰ ਮੈਂ ਗਲਤ ਸੀ। ਵਧੀਆ ਹੋਇਆ ਕਿ ਸਭ ਫਿਰ ਪਹਿਲਾਂ ਵਰਗਾ ਹੋ ਗਿਆ। ਇਸ ਡਰਾਵਨੇ ਜੰਗਲ ਨੂੰ ਖਤਮ ਕਰਨ ਤੋਂ ਬਾਅਦ ਤਿੰਨੇ ਵਾਪਸ ਆਪਣੇ ਘਰ ਲੰਡਨ ਦੇ ਲਈ ਨਿਕਲ ਜਾਂਦੇ ਨੇ ਅਤੇ ਇੱਕ ਦੂਜੇ ਨਾਲ ਵਾਅਦਾ ਕਰਦੇ ਨੇ ਕਿ ਇਸ ਹਾਦਸੇ ਦਾ ਜ਼ਿਕਰ ਉਹ ਕਦੇ ਵੀ ਕਿਸੇ ਨਾਲ ਨਹੀਂ ਕਰਨਗੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਅਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ, ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ ਡੀ ਮਾਰਕ ਔਰਥੋਬਾਮ।